ਇੰਡੀਅਨ ਟਾਈਮਜ਼ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ। ਪੀਐਮ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜੋ ਲੋਕ ਬੁਲੇਟ ਟ੍ਰੇਨ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਹਨ ਉਹਨਾਂ ਨੂੰ ਬੈਲਗਾੜੀ ਵਿੱਚ ਸਫ਼ਰ ਕਰਨਾ ਚਾਹੀਦਾ ਹੈ। ਮੋਦੀ ਨੇ 1.1 ਲੱਖ ਕਰੋੜ ਦੇ ਇਸ ਪ੍ਰੋਜੈਕਟ ਦੀ ਨਿੰਦਾ ਕਰਨ ਦੇ ਲਈ ਕਾਂਗਰਸ ਦੀ ਜੰਮ ਕੇ ਖਿਚਾਈ ਕੀਤੀ। ਉਹਨਾਂ ਨੇ ਕਿਹਾ ਹੈ ਕਿ ਮੁੰਬਈ ਅਤੇ ਅਹਿਮਦਾਬਾਦ ਨੂੰ ਜੋੜਨ ਦੇ ਲਈ ਜਾਪਾਨ ਦੁਆਰਾ ਨਿਰਮਿਤ ਇਸ ਪਰਿਯੋਜਨਾ ਦੇ ਲਈ ਇਹ ਕੀਮਤ ਬਹੁਤ ਘੱਟ ਹੈ। ਐਤਵਾਰ ਨੂੰ ਨਵੀਂ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਬਹੁਤ ਵੱਧ ਜਾਣ ਤੋਂ ਇੱਕ ਟੈਸਟ ਮੈਚ ਵਿੱਚ ਸ਼੍ਰੀਲੰਕਾਈ ਕ੍ਰਿਕਟਰਾਂ ਨੂੰ ਮੂੰਹ ਉੱਤੇ ਐਂਟੀ ਪੋਲਿਊਸ਼ਨ ਮਾਸਕ ਲਗਾ ਕੇ ਖੇਡਣਾ ਪਿਆ। ਇੱਕ ਟਾਈਮ ਲੰਕਾਈ ਖਿਲਾੜੀ ਲਗਭਗ ਮੈਚ ਨੂੰ ਛੱਡ ਦੇਣ ਦੇ ਪੱਖ ਵਿੱਚ ਸਨ ਕਿਉਂਕਿ ਉਹਨਾਂ ਦੀ ਟੀਮ ਵਿੱਚ ਸਿਰਫ 10 ਸਵਸਥ ਖਿਲਾੜੀ ਰਹਿ ਗਏ ਸਨ। ਕੋਚ ਨੇ ਖੁਦ ਫੀਲਡਿੰਗ ਕਰਨ ਦੀ ਪੇਸ਼ਕਸ਼ ਕੀਤੀ ਸੀ ਜਿਸ ਤੋਂ ਵਿਰਾਟ ਨੂੰ ਮਜਬੂਰਨ 7 ਉੱਤੇ 536 ਉੱਤੇ ਪਾਰੀ ਘੋਸ਼ਿਤ ਕਰਨੀ ਪਈ। ਇਸ ਸਾਲ ਪਾਕਿਸਤਾਨ ਨੇ ਜੰਮੂ ਅਤੇ ਕਸ਼ਮੀਰ ਦੀ ਅੰਤਰਰਾਸ਼ਟਰੀ ਸੀਮਾ ਅਤੇ LOC ਉੱਤੇ 720 ਵਾਰ ਤੋਂ ਵੀ ਜ਼ਿਆਦਾ ਸੀਜ਼ਫਾਇਰ ਦਾ ਉਲੰਘਣ ਕੀਤਾ ਹੈ ਜੋ ਕਿ ਪਿਛਲੇ 5 ਸਾਲਾਂ ਵਿੱਚ ਸਭ ਤੋਂ ਜ਼ਿਆਦਾ ਹੈ। ਇਸ ਦੌਰਾਨ ਅਕਤੂਬਰ ਤੱਕ ਘੱਟ ਤੋਂ ਘੱਟ 12 ਨਾਗਰਿਕ ਮਾਰੇ ਗਏ ਅਤੇ ਕਰੀਬ 17 ਜਵਾਨ ਸ਼ਹੀਦ ਹੋ ਗਏ। ਕੇਂਦਰ ਮੰਤਰੀ ਕਿਰਨ ਰਿਜਿਜੂ ਨੇ ਕਾਂਗਰਸ ਉੱਤੇ ਆਰੋਪ ਲਗਾਇਆ ਹੈ ਕਿ ਉਹਨਾਂ ਨੇ ਉਸ ਟਾਈਮ ਮਨਮੋਹਨ ਸਿੰਘ ਦਾ ਸਨਮਾਨ ਨਹੀਂ ਕੀਤਾ ਜਦੋਂ ਪ੍ਰਧਾਨ ਮੰਤਰੀ ਸਨ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਹੁਣ ਕਾਂਗਰਸ ਉਹਨਾਂ ਦਾ ਇਸਤੇਮਾਲ ਕਰਕੇ ਗੁਜਰਾਤ ਚੁਣਾਵ ਤੋਂ ਪਹਿਲਾਂ ਉਹਨਾਂ ਤੋਂ ਰਾਜਨੀਤਿਕ ਬਿਆਨਬਾਜ਼ੀ ਕਰਵਾ ਰਹੀ ਹੈ। PDP BJP ਸਰਕਾਰ ਨੇ ਜੰਮੂ ਅਤੇ ਕਸ਼ਮੀਰ ਵਿੱਚ ਬਹੁਤ ਟਾਈਮ ਤੋਂ ਲੰਬੇ ਪੰਚਾਇਤ ਚੁਣਾਵ ਕਰਾਉਣ ਦੇ ਲਈ ਸਾਫ਼ ਸ਼ਬਦਾਂ ਵਿੱਚ ਨਾ ਕਹਿ ਦਿੱਤਾ ਹੈ। CM ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਫਿਲਹਾਲ ਉੱਥੇ ਚੁਣਾਵ ਕਰਾਏ ਜਾਣ ਵਰਗਾ ਮਾਹੌਲ ਨਹੀਂ ਹੈ। ਕੇਰਲ ਦਾ ਮਛੁਆਰਾ ਸਮੁਦਾਇ ਸਮੁੰਦਰ ਦੇ ਅੰਦਰ ਗਏ ਹੋਏ ਆਪਣੇ ਸਾਥੀਆਂ ਦੀ ਖੋਜ ਵਿੱਚ 55 ਬੋਟਸ ਨਾਲ ਖੁਦ ਦਾ ਬਚਾਅ ਅਭਿਆਨ ਸ਼ੁਰੂ ਕੀਤਾ ਹੈ ਜਦਕਿ ਹੁਣ ਤੱਕ 6 ਸ਼ਵ ਪਾਏ ਜਾ ਚੁੱਕੇ ਹਨ। ਇੱਕ ਰਾਜ ਮੰਤਰੀ ਦਾ ਕਹਿਣਾ ਹੈ ਕਿ ਸਾਈਕਲੋਨ ਓਖੀ ਦੇ ਬਾਅਦ ਤੋਂ ਹੁਣ ਵੀ ਕਰੀਬ 85 ਮਛੁਆਰੇ ਗਾਇਬ ਹਨ। ਵਾਈਸ ਪ੍ਰੈਸੀਡੈਂਟ ਐਮ ਵੈਂਕਈਆ ਨਾਇਡੂ ਨੇ ਵਿਕਲਾਂਗ ਲੋਕਾਂ ਦੇ ਲਈ ਆਪਣੀ ਸੋਚ ਬਦਲਣ ਅਤੇ ਉਹਨਾਂ ਨੂੰ ਇੱਕ ਸਨਮਾਨਜਨਕ ਜ਼ਿੰਦਗੀ ਦੇਣ ਦੀ ਗੱਲ ਉੱਤੇ ਜ਼ੋਰ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਸਿਰਫ ਕਾਨੂੰਨ ਬਣਾਉਣ ਦੇਣ ਤੋਂ ਡਿਫਰੈਂਟਲੀ ਏਬਲ ਲੋਕਾਂ ਨੂੰ ਬਰਾਬਰੀ ਦਾ ਦਰਜਾ ਅਤੇ ਸਨਮਾਨ ਨਹੀਂ ਮਿਲ ਸਕਦਾ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਭਾਰਤ ਦੀ 2.2% ਆਬਾਦੀ ਫਿਜ਼ੀਕਲੀ ਚੈਲੇਂਜਡ ਹੈ। ਐਤਵਾਰ ਨੂੰ ਭੋਪਾਲ ਵਿੱਚ ਲੋਕਾਂ ਨੇ ਗੈਸ ਤ੍ਰਾਸਦੀ ਦੀ 33ਵੀਂ ਸਾਲਗਿਰਾ ਉੱਤੇ ਪ੍ਰਦਰਸ਼ਨ ਕੀਤਾ ਜਿਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ। 3 ਦਸੰਬਰ 1984 ਵਿੱਚ ਯੂਨੀਅਨ ਕਾਰਬਾਈਡ ਕਾਰਪੋਰੇਸ਼ਨ ਦੇ ਪੈਸਟੀਸਾਈਡ ਪਲਾਂਟ ਤੋਂ ਮੈਥਿਲ ਆਈਸੋਸੀਨੇਟ ਲੀਕ ਹੋਇਆ ਸੀ ਜਿਸ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਮਾਰੇ ਗਏ ਅਤੇ ਜ਼ਖਮੀ ਹੋ ਗਏ ਸਨ। ਕੇਂਦਰ ਨੇ BS4 ਸਟੈਂਡਰਡ ਦੇ ਤਹਿਤ ਵਾਹਨਾਂ ਦੇ ਰਜਿਸਟ੍ਰੇਸ਼ਨ ਦੇ ਲਈ ਟਾਈਮ ਸੀਮਾ ਨੂੰ 30 ਜੂਨ 2020 ਤੱਕ ਰੱਖਣ ਦਾ ਪ੍ਰਸਤਾਵ ਦਿੱਤਾ ਹੈ। ਇਹ ਅਜਿਹਾ ਪੁਰਾਣੀ ਤਕਨੀਕ ਵਾਲੀ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਲਿਹਾਜ਼ ਤੋਂ ਕੀਤਾ ਜਾ ਰਿਹਾ ਹੈ। ਬਾਲੀਵੁੱਡ ਕਲਾਕਾਰ ਅਕਸ਼ੇ ਖੰਨਾ ਜੋ ਕਿ ਆਪਣੀ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ ਉਹਨਾਂ ਨੇ ਕਿਹਾ ਹੈ ਕਿ ਬਹੁਤ ਟਾਈਮ ਤੱਕ ਉਹਨਾਂ ਨੂੰ ਮੀਡੀਆ ਦੇ ਸਾਹਮਣੇ ਆਉਣ ਤੋਂ ਡਰ ਲੱਗਦਾ ਸੀ ਹਾਲਾਂਕਿ ਹੁਣ ਉਹ ਸਿਨੇਮਾ ਦੇ ਕਾਰੋਬਾਰ ਵਿੱਚ ਉਸਦੀ ਅਹਿਮੀਅਤ ਸਮਝਦੇ ਹਨ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ।